ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਉੱਪਰ। ਸੋ ਅੱਜ ਮੈਂ ਤੁਹਾਡੇ ਨਾਲ ਪੰਜਾਬ ਰਾਜ ਨਾਲ ਸੰਬੰਧਿਤ ਮਹੱਤਵਪੂਰਨ 10 ਕੁਐਸਚਨ ਡਿਸਕਸ ਕਰਾਂਗਾ ਜੀ। ਉਮੀਦ ਹੈ ਕਿ ਵੀਡੀਓ ਪਸੰਦ ਆਏਗੀ। ਪਸੰਦ ਆਏ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਔਰ ਲਾਈਕ ਕਰੋ, ਔਰ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸੋ ਸਭ ਤੋਂ ਪਹਿਲਾ ਕੁਐਸਚਨ ਹੈ ਜੀ, ਆਧੁਨਿਕ ਪੰਜਾਬ ਕਦੋਂ ਹੋਂਦ ਵਿੱਚ ਆਇਆ? ਜੇਕਰ ਤੁਹਾਨੂੰ ਇਹਨਾਂ ਕੁਐਸਚਨਾਂ ਦੇ ਆਂਸਰ ਪਹਿਲਾਂ ਹੀ ਪਤਾ ਹੋਣ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜੀ। ਤਾਂ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ, 1 ਨਵੰਬਰ 1966 ਨੂੰ ਜਿਹੜਾ ਹੈ ਆਧੁਨਿਕ ਪੰਜਾਬ ਹੋਂਦ ਵਿੱਚ ਆਇਆ ਸੀ, ਔਰ ਇਸ ਦੇ ਵਿੱਚੋਂ ਜਿਹੜਾ ਹੈ ਹਿਮਾਚਲ ਔਰ ਹਰਿਆਣਾ ਰਾਜ ਬਣਾਏ ਗਏ ਸੀ ਪੰਜਾਬ ਦੀ ਵੰਡ ਕਰਕੇ 1 ਨਵੰਬਰ 1966 ਨੂੰ। ਨੈਕਸਟ ਹੈ ਜੀ, ਪੰਜਾਬ ਦਾ ਖੇਤਰਫਲ ਕਿੰਨੇ ਵਰਗ ਮੀਲ ਹੈ? ਤਾਂ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ, 19,445 ਵਰਗ ਮੀਲ। ਇੱਥੇ ਆਪਾਂ ਖਿਆਲ ਰੱਖਣਾ ਕਿ ਜੇਕਰ ਵਰਗ ਕਿਲੋਮੀਟਰ ਪੁੱਛੇ ਜਾਂਦੇ ਨੇ ਤਾਂ ਉਹ 50,362 ਵਰਗ ਕਿਲੋਮੀਟਰ ਹੈ ਪੰਜਾਬ ਦਾ ਖੇਤਰਫਲ। ਜੇਕਰ ਵਰਗ ਮੀਲ ਪੁੱਛੇ ਜਾਂਦੇ ਨੇ ਤਾਂ 19,445 ਵਰਗ ਮੀਲ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 3, ਪੰਜਾਬ ਦਾ ਰਾਜ ਜਾਨਵਰ ਕਿਹੜਾ ਹੈ? ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ, ਕਾਲਾ ਹਿਰਨ ਜਿਹੜਾ ਉਹ ਪੰਜਾਬ ਦਾ ਰਾਜ ਜਾਨਵਰ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 4, ਪੰਜਾਬ ਵਿੱਚ ਲੋਕ ਸਭਾ ਦੀਆਂ ਕੁੱਲ ਕਿੰਨੀਆਂ ਸੀਟਾਂ ਹਨ? ਸੋ ਕਿੰਨੇ ਨੁਮਾਇੰਦੇ ਨੇ ਜਿਹੜੇ ਪੰਜਾਬ ਦੇ ਵਿੱਚੋਂ ਲੋਕ ਸਭਾ ਲਈ ਚੁਣੇ ਜਾਂਦੇ ਨੇ? ਤਾਂ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ, 13। ਨੈਕਸਟ ਹੈ ਜੀ ਕੁਐਸਚਨ ਨੰਬਰ 5, ਪੰਜਾਬ ਦੇ ਕਿਸ ਸ਼ਹਿਰ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਹੈ? ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ, ਅਬੋਹਰ ਨੂੰ ਜਿਹੜਾ ਹੈ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 6, ਖੇਤਰਫਲ ਦੀ ਦ੍ਰਿਸ਼ਟੀ ਤੋਂ ਪੰਜਾਬ ਭਾਰਤ ਦਾ ਕਿੰਨਵਾਂ ਰਾਜ ਹੈ? ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ, 19ਵਾਂ ਰਾਜ। ਨੈਕਸਟ ਹੈ ਜੀ ਕੁਐਸਚਨ ਨੰਬਰ 7, ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ? ਤਾਂ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ, ਡਾਕਟਰ ਗੋਪੀ ਚੰਦ ਭਾਰਗਵ ਜੀ ਜੋ ਨੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸਨ। ਕੁਐਸਚਨ ਨੰਬਰ 8 ਹੈ ਜੀ, ਪੰਜਾਬ ਦਾ ਰਾਜ ਦਰਖਤ ਕਿਹੜਾ ਹੈ? ਤਾਂ ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ, ਟਾਹਲੀ, ਜਿਸ ਨੂੰ ਸ਼ੀਸ਼ਮ ਵੀ ਕਹਿੰਦੇ ਹਾਂ, ਪੰਜਾਬ ਦਾ ਰਾਜ ਦਰਖਤ ਹੈ ਜੀ। ਕੁਐਸਚਨ ਨੰਬਰ 9 ਜੀ, ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲ ਮੰਡੀ ਪੰਜਾਬ ਦੇ ਕਿਸ ਸ਼ਹਿਰ ਵਿੱਚ ਹੈ? ਤਾਂ ਉਹ ਹੈ ਜੀ, ਸ਼ਹਿਰ ਲੁਧਿਆਣੇ ਦੇ ਵਿੱਚ। ਨੈਕਸਟ ਹੈ ਜੀ ਕੁਐਸਚਨ ਨੰਬਰ 10, ਪੰਜਾਬ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਇਸਦਾ ਜਿਹੜਾ ਆਂਸਰ ਹੈ ਉਹ ਹੈ ਜੀ, ਸਤਲੁਜ। ਸੋ ਇਹ ਸੀ ਜੀ 10 ਇੰਪੋਰਟੈਂਟ ਕੁਐਸਚਨ। ਹੋਰ ਵੀ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।